ਗੈਰਾਂ ਦੇ ਹਮ ਮਾੜੀ ਜੱਟਦੀ ਆ ਹਿੰਦ ਕੁੜੇ ਮੇਰਾ ਟੱਪਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਖੈਨੇ ਤੁਹਾਡੇ ਸ਼ਹਿਰਾਂ ਦੇ ਆ ਸ਼ਹਿਰਾਂ ਦੇ ਸ਼ਹਿਰਾਂ ਦੇ ਹਮ ਮਾੜੀ ਜੱਟਦੀ ਆ ਹਿੰਦ ਕੁੜੇ ਮੇਰਾ ਟੱਪਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਖੈਨੇ हाँ जी सत श्री अकाल जी सारी मेरी यूट्यूब फैमिली नू अज दे ब्लॉग च तुहानू दसदे आ भी गन्ने तो किन्नी कमाई हुंदी आ। अज आपां इक गन्ने दा तुहानू दसदे आ जूस कढ के दसदे आ भी इक गन्ने तो किन्नी कमाई आ, क्योंकि अजकल दे अपने मुंडे संग दे कम नहीं करदे गे। तो हुण आपां आपदी चलने आ जूस वाली रेहड़ी ते, सारा ब्लॉग जरूर वेखियो मेरे वीरो। हाँ जी पिछले ब्लॉग च तुहानू दस्सिया सीगा भी आपां गन्ना किद्दां लगदा वा, अज के ब्लॉग तुहानू दसदे आ भी आपां नूं गन्ने तो किन्नी कमाई हो सकती है जे आपां मेहनत करिए। जे मेहनत करांगे एक गन्ना 60 रुपए का, जे आपां कहांगे भी घरे बैठे कुछ नहीं हुंदा अपनी आपदी फसल आ, चलाइओ तुहानू दसदे आ भी ब्लॉग च जुड़े रहो मेरे नाल, तुहानू दसदे आ सारा कुछ। Can you show me? If you wanna go, then I'll be so lonely. If you're leaving, baby, let me down slowly. Let me down, down. Could you find a way to let me down slowly? A little sympathy, I hope you can show me. If you wanna go, then I'll be so lonely. If you're leaving, baby, let me down slowly. Let me down, down. ਹਾਂਜੀ ਵੀਰੇ ਉਹ ਕੋ ਗਿਆ ਹੁਣ ਮੈਂ ਇੱਥੇ ਜੂਸਰੀ ਜਿਹੜੀ ਲੋਨਾ ਵਾ। ਜੇ ਮੈਂ ਕਹੂੰਗਾ ਵੀ ਆਪਾਂ ਨੂੰ ਸੰਗ ਸ਼ਰਮ ਕੋਈ ਨਹੀਂ, ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ। ਨਾਲੇ ਮੈਂ ਆਪ ਕੰਮ ਕਰਦਾ, ਨਾਲੇ ਦੋ ਮੁੰਡਿਆਂ ਨੂੰ ਮੈਂ ਰੁਜ਼ਗਾਰ ਵੀ ਦਿੱਤਾ ਹੈਗਾ ਵਾ, ਮੇਰੇ ਨਾਲ ਦੋ ਮੁੰਡੇ ਕੰਮ ਕਰਦੇ ਆ। ਆਪਾਂ ਨੂੰ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ, ਪਰ ਆਪਾਂ ਨੂੰ ਆਪਦਾ ਕੰਮ ਆਪ ਕਰਨਾ ਚਾਹੀਦਾ ਵਾ। ਜੇ ਆਪਾਂ ਕਹੀਏ ਵੀ ਹਰ ਚੀਜ਼ ਆਪਾਂ ਨੂੰ ਸਰਕਾਰ ਦੇ, ਸਰਕਾਰ ਵੀ ਦੇਸ਼ ਬਹੁਤ ਵੱਡਾ, ਬਹੁਤ ਪ੍ਰੋਬਲਮ ਆ ਵਾ, ਆਪਾਂ ਨੂੰ ਆਪ ਜ਼ੀਰੋ ਗਰਾਊਂਡ ਤੋਂ ਕੇ ਉੱਠ ਕੇ ਆਪਾਂ ਨੂੰ ਆਪਦਾ ਕੰਮ ਕਰਨਾ ਪੈਣਾ ਵਾ। ਮੁੰਡਾ ਸੰਗ ਨਹੀਂ ਕਰਦਾ ਕਹਿੰਦੇ, ਜੱਟਾਂ ਦਾ ਮੁੰਡਾ ਘੜਾੜੀ ਤੇ ਮਿਹਨਤ ਕਰਦਾ। ਇੰਨੀ ਮਿਹਨਤ ਪਹਿਲੀ ਵਾਰੀ ਵੇਖੀ ਆ। ਹਾਂਜੀ ਆਹ ਹੁਣ ਆਪਣਾ ਆ ਜਿਵੇਂ ਇੱਕ ਗੰਨਾ, ਉਂਝ ਆਪਾਂ ਵੇਚਾਂਗੇ, ਉਂਝ ਆਪਣੇ ਗੰਨੇ ਦੀ ਕੀਮਤ 5 ਰੁਪਏ ਆ। ਇਹੀ ਗੰਨਾ ਜੇ ਆਪਾਂ ਜੂਸ ਵਾਲੀ ਰੇਹੜੀ ਵਿੱਚ ਵੀ ਵੇਚਾਂਗੇ, ਜੂਸ ਕੱਢ ਕੇ ਵੇਚਾਂਗੇ, ਇੱਕ ਗੰਨੇ ਦੀ 60 ਰੁਪਏ ਕੀਮਤ ਆ, 3 ਗਲਾਸ ਜੂਸ ਦੇ ਵਧੀਆ ਨਿਕਲ ਆਉਂਦੇ ਆ। ਬਸ ਇਹ ਵਾ ਆਪਾਂ ਮਿਹਨਤ ਕਰਨ ਲੱਗੇ ਡਰਦੇ ਹਾਂ, ਬਾਹਰ ਜਾ ਕੇ ਵੀ ਆਪਾਂ ਕੰਮ ਕਰਦੇ ਹਾਂ, ਪਰ ਇੱਥੇ ਵੀ ਅਸੀਂ ਮਿਹਨਤ ਕਰੋਂਗੇ ਤਾਂ ਵਧੀਆ ਹੈਗਾ। ਹੁਣ ਮੇਰੀ ਡੇਲੀ 5-6 ਰੁਪਏ ਦੀ ਸੇਲ ਆ। ਜੇ ਮੈਂ ਕਹੂੰਗਾ ਵੀ ਮੈਂ ਜ਼ਿਮੀਂਦਾਰ ਦਾ ਮੁੰਡਾ ਵਾ, ਕੰਮ ਨਹੀਂ ਕਰਨਾ, ਕੰਮ ਵੀਰੇ ਕੋਈ ਵੱਡਾ ਛੋਟਾ ਨਹੀਂ ਹੁੰਦਾ, ਮਿਹਨਤ ਕਰੋਗੇ ਤਾਂ ਸਾਰਾ ਕੁਝ ਇੱਥੇ ਵੀ ਹੈਗਾ ਵਾ, ਕਿਉਂਕਿ ਆਪਣੇ ਆਪ ਦੀ ਫਸਲ ਆ, ਜੇ ਆਪਾਂ ਕੰਮ ਕਰਾਂਗੇ ਤਾਂ ਸਾਰਾ ਕੁਝ ਇੱਥੇ ਹੀ ਆ। ਹੁਣ ਉਂਝ ਸਰਕਾਰ ਵੱਲੋਂ 360 ਰੁਪਏ ਦਿੰਦੇ ਆ, 360 ਰੁਪਏ ਰੱਖਿਆ ਗਿਆ ਗੰਨੇ ਦਾ ਰੇਟ। ਉਹੀ ਜੇ ਆਪਾਂ ਆਪ ਵੇਚਾਂਗੇ ਗੰਨਾ, ਜੂਸ ਵਾਲੀਆਂ ਰੇਹੜੀਆਂ ਨੂੰ ਵੇਚਾਂਗੇ, ਤੇ ਗੰਨੇ ਦੀ 700-800-900 ਨੂੰ ਕੁਇੰਟਲ ਗੰਨਾ ਵਧੀਆ ਵਿਕ ਜਾਂਦਾ, ਸਰਕਾਰ ਦੇ 2 ਗੁਣਾ ਰੇਟ ਨਾਲ ਜ਼ਿਆਦਾ ਵਧੀਆ ਮਿਲਦਾ। ਪਰ ਇੰਨਾ ਵਾ ਵੀ ਵਾਢੇ ਛਿੱਲ ਕੇ ਆਪ ਰੱਖੋ, ਦੋ ਮਿਹਨਤ ਕਰੋਗੇ ਤਾਂ ਸਾਰਾ ਕੁਛ ਹੋ ਜਾਂਦਾ।